ਲਗਾਤਾਰ ਤੁਸੀਂ ਵੀ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ, ਲਗਾਤਾਰ ਸ਼ੰਭੂ ਬੋਰਡਰ, ਖਨੌਰੀ ਬੋਰਡਰਾਂ 'ਤੇ ਜਿਹੜੇ ਧਰਨੇ ਲਗਾਏ ਗਏ ਹੈ, ਲੇਕਿਨ ਸਾਰੇ ਸਿੱਖ ਸੰਗਠਨ ਜਿਹੜੇ ਸਿੱਖ ਜਿਹੜੇ ਕਿਸਾਨ ਹੈ ਉਹ ਕਮੇਟੀਆਂ ਤੁਹਾਡੇ ਨਾਲ ਨਹੀਂ ਹੈ, ਕੀ ਲੱਗਦਾ ਕਿ ਸਾਰੀਆਂ ਨਾਲ ਆਉਂਦੀਆਂ ਅਤੇ ਸ਼ਾਇਦ ਹੁਣ ਤੱਕ ਤੁਹਾਡੀ ਮੰਗਾਂ ਮੰਨੀਆਂ ਜਾਂਦੀਆਂ? ਮੈਨੂੰ ਨਹੀਂ ਲੱਗਦਾ ਕਿਸਾਨਾਂ ਦਾ ਬਹੁਤ ਵੱਡਾ ਸਮਰਥਨ ਹੈ, ਕੋਈ ਰੌਲਾ ਨਹੀਂ ਹੈ। ਉਵੇਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਸਾਂਝੀ ਲੜਾਈ ਆ ਮੋਦੀ ਨਾਲ, ਸਾਂਝੀਆਂ ਮੰਗਾਂ 'ਤੇ ਆ। ਜਿਹੜੇ ਕੋਈ ਹਜੇ ਰਹਿ ਵੀ ਰਹੇ ਆ ਉਹਨਾਂ ਨੂੰ ਆਉਣਾ ਚਾਹੀਦਾ, ਹੁਣ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਆ। ਕਿਸਾਨ ਅੰਦੋਲਨ ਨੂੰ ਅੱਜ ਵੀ ਤੁਸੀਂ ਇਕੱਠ ਦੇਖ ਰਹੇ ਹੋ, ਦਿੱਲੀ ਵੀ ਤੁਸੀਂ ਦੇਖ ਰਹੇ ਹੋ, ਕੋਈ ਇਸ ਗੱਲ ਦੀ ਕੋਈ ਕਿਸਾਨਾਂ ਮਜ਼ਦੂਰਾਂ ਵੱਲੋਂ ਕਿਸਾਨਾਂ ਮਜ਼ਦੂਰਾਂ 'ਚ ਕੋਈ ਭੇਦਭਾਵ ਨਹੀਂ ਹੈ। ਜਦੋਂ ਇਹੋ ਜਿਹੇ ਧਰਨੇ ਲਗਾਏ ਜਾਂਦੇ ਆ ਕਿਤੇ ਇੱਕ ਜਗ੍ਹਾ 'ਤੇ, ਤੁਹਾਡਾ ਪਹਿਲਾਂ ਵੀ ਕਿਸਾਨਾਂ ਦੁਆਰਾ ਕਿਹਾ ਗਿਆ ਸੀ ਕਈ ਸੰਗਠਨਾਂ ਦੁਆਰਾ ਕਿ ਇਹ ਤੁਹਾਡਾ ਆਪਣਾ ਫੈਸਲਾ ਵੈ, ਨਿੱਜੀ ਫੈਸਲਾ ਵੈ ਧਰਨਾ ਲਗਾਉਣ ਦਾ, ਕੀ ਲੱਗਦਾ ਕਿ ਇਲਜ਼ਾਮ ਵੀ ਤੁਹਾਡੇ 'ਤੇ ਕਈ ਵਾਰੀ ਪੈਸੇ ਨੂੰ ਲੈ ਕੇ ਲੱਗਦੇ ਆ ਕਿ ਧਰਨਾ ਪੈਸੇ ਨੂੰ ਲੈ ਕੇ ਲਗਾਇਆ ਗਿਆ, ਕਿ ਇਹੋ ਜਿਹੇ ਇਲਜ਼ਾਮਾਂ 'ਚ ਧਰਨਾ ਕਦੋਂ ਤੱਕ ਲੱਗਦਾ ਕਿ ਤੁਹਾਡੀ ਮੰਗਾਂ ਮੰਨੀਆਂ ਜਾਊਗੀਆਂ ਜਦੋਂ ਇਹੋ ਜਿਹੇ ਇਲਜ਼ਾਮ ਲੱਗਦੇ? ਨਹੀਂ ਦੇਖੋ, ਇਲਜ਼ਾਮ ਲਾਉਣਾ ਤਾਂ ਮੈਂ ਵੀ ਤੁਹਾਡੇ 'ਤੇ ਲਾ ਸਕਦਾ ਜਿਹੜਾ ਮਰਜ਼ੀ ਲਾ ਲਈਏ, ਇਹਦਾ ਕੀ ਫਰਕ ਪੈਂਦਾ ਹੈਗਾ? ਇਲਜ਼ਾਮਾਂ ਨੂੰ ਪਰੂਫ ਕਰਨਾ ਹੁੰਦਾ ਵਾ। ਸਵਾਲ ਤਾਂ ਹੈਗਾ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ, ਜਿਹੜੀਆਂ ਮੰਗਾਂ ਚਲਾਈ ਜਾ ਰਹੀਆਂ ਉਹ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ? ਚਾਰ ਰਾਊਂਡ ਦੀ ਮੀਟਿੰਗ ਕੇਂਦਰ ਆ ਕੇ ਕਰ ਰਿਹਾ, ਦੇਸ਼ ਵਿਆਪੀ ਦੇਸ਼ ਦੀ ਪਾਰਲੀਮੈਂਟ 'ਚ ਰੌਲਾ ਪੈ ਰਿਹਾ, ਕੋਈ ਛੋਟੀ ਮੂਵਮੈਂਟ ਥੋੜ੍ਹੀ, ਇੱਕ ਮੰਤਰੀ ਪੱਧਰ 'ਤੇ ਕੌਮੀ ਪੱਧਰ 'ਤੇ ਫੈਲੀ ਹੋਈ ਆ। ਔਰ ਦੂਸਰਾ ਇਹ ਹੈਗਾ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਇਹ ਤਾਂ ਸਰਕਾਰ ਕਹਿੰਦੀ ਸੀ ਵੀ ਇਹ ਜੀ ਭਾਜਪਾ ਦੇ ਆ ਬੰਦੇ, ਭਾਜਪਾ ਨੇ ਭਾਲੇ ਹੋਏ ਆ, ਫਿਰ ਕਹਿੰਦੇ ਜੀ ਆਮ ਆਦਮੀ ਦੇ ਬੰਦੇ, ਆਮ ਆਦਮੀ ਨੇ ਭਾਲੇ ਹੋਏ ਆ, ਹੁਣ ਭਾਜਪਾ ਵਾਲੇ ਕਹਿੰਦੇ ਵੀ ਨਹੀਂ ਤੁਸੀਂ ਕਾਂਗਰਸੀ ਜੇ, ਤੁਸੀਂ ਰਾਹੁਲ ਨੂੰ ਮਿਲੇ, ਉਹ ਪਹਿਲਾਂ ਬਈ ਇੱਕ ਗੱਲ ਤਾਂ ਕਰ ਲਓ ਵੀ ਹੈ ਕੀ ਆ, ਫਿਰ ਕਹਿੰਦੇ ਨਹੀਂ ਖਾਲਿਸਤਾਨੀਆਂ ਤੁਹਾਨੂੰ ਫੰਡਿੰਗ ਕਰਦੇ ਹੈਗੇ, ਤਾਂ ਕਹਿਣ ਨੂੰ ਜੋ ਮਰਜ਼ੀ ਕਿਹਾ ਜਾਵੇ, ਠੀਕ ਆ। ਸਾਰਿਆਂ ਨੂੰ ਸਾਰਾ ਦੇਸ਼ ਦੇਖ ਰਿਹਾ ਹੈਗਾ ਵੀ ਕੌਣ ਕੀ ਆ ਅਤੇ ਕੌਣ ਨਹੀਂ, ਇਹ ਦੇਸ਼ ਦੇ ਲੋਕਾਂ ਨੇ ਫੈਸਲਾ ਕਰ ਲੈਣਾ। ਆਹ ਵਾਲਾ ਅੰਦੋਲਨ, ਦਿੱਲੀ ਅੰਦੋਲਨ 2 ਆਪਣੀਆਂ ਮੰਗਾਂ ਨੂੰ ਮਨਾਉਣ ਤੋਂ ਬਗੈਰ ਨਹੀਂ ਵਾਪਸ ਹੋਊਗਾ। ਅਸੀਂ ਖਲਾਕੀ ਤੌਰ 'ਤੇ MSP ਲੀਗਲ ਗਰੰਟੀ ਕਰਨ ਵਾਲਾ ਮੁੱਦਾ ਜਿੱਤ ਚੁੱਕੇ ਹਾਂ, ਪ੍ਰੈਕਟੀਕਲ ਤੌਰ 'ਤੇ ਆਉਣ ਵਾਲੇ ਜਿੰਨੇ ਮਰਜ਼ੀ ਸਾਲ ਲੱਗ ਜਾਣ ਜਿੱਤ ਕੇ ਛੱਡਾਂਗੇ। ਸ਼ੁਭਕਰਨ ਦੇ ਮਾਮਲੇ ਦੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਕੀ ਲੱਗਦਾ ਕਿ ਸ਼ੁਭਕਰਮ ਦੇ ਮਾਮਲੇ ਦੇ ਵਿੱਚ ਜੋ ਤੁਸੀਂ ਸੋਚਿਆ ਸੀ ਉਹ ਤੁਹਾਨੂੰ ਮਿਲਿਆ? ਨਹੀਂ ਦੇਖੋ, ਸ਼ੁਭਕਰਨ ਵਾਲੇ ਮਸਲੇ 'ਤੇ ਹਜੇ ਇਨਸਾਫ ਨਹੀਂ ਮਿਲਿਆ ਹੈਗਾ, ਉਹਦੇ ਲਈ ਇਨਸਾਫ ਲੈਣ ਲਈ ਸੰਘਰਸ਼ ਜਾਰੀ ਹੈਗਾ। ਸੋ ਆਹ ਸੀ ਸਰਵਨ ਸਿੰਘ ਬਧੇਰ, ਜਿਨ੍ਹਾਂ ਨੇ ਅੱਜ ਪੂਰੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਅਤੇ ਪੂਰੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਹੜੇ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਪਰ ਤਸ਼ੱਦਦ ਜਿਹੜੇ ਪੁਲਿਸ ਅਫਸਰਾਂ ਦੁਆਰਾ ਢਾਈ ਗਈ ਸੀ, ਉਹ ਪੁਲਿਸ ਅਫਸਰਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਰਿਹਾ। ਸੋ ਉਹਨਾਂ ਦਾ ਕਹਿਣਾ ਹੈ ਕਿ ਅਗਰ ਫਿਰ ਵੀ ਉਹ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ 15 ਅਗਸਤ ਨੂੰ ਉਹਨਾਂ ਦਾ ਟਰੈਕਟਰ ਮਾਰਚ ਦਾ ਵੀ ਪਲਾਨ ਹੈ, ਅਤੇ ਇਸ ਦੇ ਨਾਲ ਉਹ ਜਿਹੜੀ ਮੰਗਾਂ ਨੂੰ ਲੈ ਕੇ ਧਰਨਾ ਲਗਾ ਰਿਹਾ, ਉਹ ਲਗਾਤਾਰ ਜਦੋਂ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨੇ ਉਹਨਾਂ ਦੇ ਜਾਰੀ ਰਹਿਣਗੇ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।